गुजराती चा पार समुंदरों आए सब किस्मत अजमावन लेके स्वाद नवाबी। जिंदगी का सफर नाल-नाल चल रहा जी बिल्कुल मास्टर शेफ पंजाबी दे। मास्टर शेफ पंजाबी मान पंजाब दा अकुकड़ी रियलिटी शो। मैं वरिंदर कौर पहुंच चुकी हूँ जी इस सफर दे अगले पड़ा यानी कि लुधियाना सिटी दे विच ते देखते हैं कि अज लुधियाना शहर दा एक दूजा दिन की कुछ नवा लैके आंदा है, की कुछ होएगा, जायकेदार मसालेदार खाना ते नाल दी नाल एंटरटेनमेंट। ਕੀ ਨਾਮ ਹੈ ਜੀ ਤੁਹਾਡਾ? ਹਾਂਜੀ ਮੇਰਾ ਨਾਮ ਸ਼ੈਲੀ ਸਿੰਗਲਾ ਹੈ ਔਰ ਮੈਂ ਹੋਮ ਮੇਕਰ ਹਾਂ ਔਰ ਮੈਂ ਜਿਹੜੀ ਅੱਜ ਦੀ ਡਿਸ਼ ਚੂਜ਼ ਕੀਤੀ ਹੈ ਮੈਂ ਹਮੇਸ਼ਾ ਇਹੀ ਕੋਸ਼ਿਸ਼ ਕਰਦੀ ਹਾਂ ਕਿ ਮੇਰੀ ਡਿਸ਼ ਬਹੁਤ ਜ਼ਿਆਦਾ ਨਿਊਟ੍ਰੀਐਂਟਸ ਵਾਲੀ ਹੋਵੇ ਤਾਂ ਕਿ ਇਹਨੂੰ ਹਰੇਕ ਤਰ੍ਹਾਂ ਦੇ ਲੋਕ ਖਾ ਸਕਣ। ਜਿਸ ਤਰ੍ਹਾਂ ਕਿ ਅੱਜ ਕੱਲ੍ਹ ਬਹੁਤ ਜ਼ਿਆਦਾ ਬਿਮਾਰੀਆਂ ਵੱਧ ਰਹੀਆਂ ਅਤੇ ਜਿਹੜੀ ਮੈਂ ਡਿਸ਼ਿਜ਼ ਚੂਜ਼ ਕਰਦੀ ਹਾਂ ਹਮੇਸ਼ਾ ਜਿਸ ਤਰ੍ਹਾਂ ਕਿ ਮੈਂ ਅੱਜ ਚੂਜ਼ ਕੀਤੀ ਹੈ ਇਹ ਗਲੂਟਨ ਫਰੀ ਹੈ, ਵੇਗਨ ਹੈ ਔਰ ਇਹ ਸ਼ੂਗਰ ਫਰੀ ਹੈ। ਇਹਨੂੰ ਡਾਇਬਟਿਕ ਪੇਸ਼ੈਂਟ ਵੀ ਖਾ ਸਕਦੇ ਆ ਔਰ ਇਹਨੂੰ ਬੱਚੇ ਵੀ ਖਾ ਸਕਦੇ ਆ ਜਿਨ੍ਹਾਂ ਜਿਸ ਤਰ੍ਹਾਂ ਕਿ ਅੱਜ ਕੱਲ੍ਹ ਬਹੁਤ ਜ਼ਿਆਦਾ ਬੀਟ ਐਲਰਜੀ ਵੱਧ ਰਹੀ ਹੈ ਅਤੇ ਇਹਨੂੰ ਉਹ ਵੀ ਖਾ ਸਕਦੇ ਆ ਆਰਾਮ ਨਾਲ। ਸ਼ੈਲੀ ਜੀ ਦੇਖਣ ਦੇ ਵਿੱਚ ਤਾਂ ਬਹੁਤ ਸੋਹਣੀ ਲੱਗ ਰਹੀ ਹੈ ਪਰ ਤੁਸੀਂ ਕਿਨੂਆ ਸੈਲਡ ਬਣਾਇਆ ਨਾ? ਪਰ ਤੁਸੀਂ ਥੋੜ੍ਹੀ ਜਿਹੀ ਸਮਾਈਲ ਘੱਟ ਹੈ ਤੁਹਾਡੇ ਚਿਹਰੇ 'ਤੇ, ਉਹਦਾ ਰੀਜ਼ਨ ਤੁਸੀਂ ਘਬਰਾਏ ਹੋਏ ਕਿਉਂ? ਥੋੜ੍ਹਾ ਜਿਹਾ ਹੱਸੋ, ਸੋਹਣੇ ਲੱਗੋ ਡਿਸ਼ ਮੰਗੋ। ਬਹੁਤ ਹੈਲਦੀ ਆਪਸ਼ਨ ਦੇ ਨਾਲ ਤੁਸੀਂ ਬਣਾਇਆ ਹੈ ਪਤਾ ਲੱਗ ਰਿਹਾ ਹੈ ਕਿਉਂਕਿ ਕਿਨੂਆ ਦੇ ਬਾਰੇ ਤੁਸੀਂ ਸਾਡੇ ਸਾਰੇ ਦਰਸ਼ਕਾਂ ਨੂੰ ਦੱਸਣਾ ਚਾਹੋਗੇ ਕਿਨੂਆ ਕੀ ਹੈ? ਹਾਂਜੀ ਹਾਂਜੀ, ਇਹ ਕਿਨੂਆ ਫੁੱਲ ਆਫ ਪ੍ਰੋਟੀਨਸ ਹੈ। ਐਕਚੁਅਲੀ ਇਹ ਮੋਸਟ ਬੈਨੀਫਿਸ਼ੀਅਲ ਉਹਦੇ ਲਈ ਹੈ ਜਿਹੜੇ ਅੱਜ ਕੱਲ੍ਹ ਵੈਜੀਟੇਰੀਅਨ ਲੋਕ ਹੈ ਕਿਉਂਕਿ ਇਹ ਨੋਨ ਵੈਜ ਦੀ ਕਮੀ ਪੂਰੀ ਤਰ੍ਹਾਂ ਪੂਰੀ ਕਰਦੇ ਆ ਕਿਨੂਆਸ ਨਾ। ਇਹ 'ਚ ਮੈਂ ਸਪਰਾਊਟਸ ਵੀ ਨਾਲ ਯੂਜ਼ ਕੀਤੇ ਹੈ। ਜਿਹੜੇ ਸਪਾਈਸਿਸ ਵੀ ਯੂਜ਼ ਕੀਤੇ ਉਹ ਜ਼ਿਆਦਾ ਇੰਪਾਵਰ ਨਹੀਂ ਕਰ ਰਹੇ? ਹਾਂਜੀ ਹਾਂਜੀ, ਕਿਨੂਆ ਵੀ ਬਹੁਤ ਉਹਦੇ 'ਚ ਹੈ, ਤੁਸੀਂ ਸਪਰਾਊਟਸ ਵੀ ਪਾਏ ਨੇ, ਤੁਸੀਂ ਇਹਦੇ 'ਚ ਜਿਹੜੇ ਕਾਲੇ ਚਨੇ ਉਹ ਵੀ ਸਪਰਾਊਟਸ ਹੈ, ਮੂੰਗ ਦੇ ਸਪਰਾਊਟਸ ਵੀ ਹੈ। ਮੇਰੇ ਵੱਲੋਂ ਤਾਂ ਬਹੁਤ ਵਧੀਆ ਡਿਸ਼ ਹੈ ਅਤੇ ਅਸੀਂ ਬਾਕੀ ਦੇਖਦੇ ਹਾਂ। ਮੇਰੇ ਕੋਲ ਇਹ ਲੱਗਾ ਕਿ ਸਭ ਕੇ ਹੈਲਥ ਹੈ, ਸਭ ਕੁਛ ਹੈ, ਪਰ ਕੋਈ ਮਾਸਟਰ ਸ਼ੈਫ ਵਾਲੀ ਕੋਈ ਚੀਜ਼। ਸ਼ੈਫ ਦੇਖੋ, ਆਈਡੀਆ ਤਾਂ ਇਹਨਾਂ ਦਾ ਵਧੀਆ, ਬਟ ਸੈਲਡ ਸਰਵ ਕਰਨਾ ਇਸ ਟੈਂਪਰੇਚਰ 'ਤੇ ਇਟਸ ਅ ਗੁੱਡ ਥਿੰਗ। ਮੈਨੂੰ ਤਾਂ ਲੱਗਦਾ ਕਿ ਮਾਸਟਰ ਸ਼ੈਫ 'ਤੇ ਕੋਈ ਵੀ ਆਈਟਮ ਹੋ ਸਕਦੀ ਹੈ ਪ੍ਰੋਵਾਈਡਡ ਵਧੀਆ ਟੇਸਟ ਹੋਵੇ। ਟੈਂਪਰੇਚਰ ਸ਼ੈਫ ਬਹੁਤ ਵਧੀਆ ਹੈ, ਟੈਂਪਰੇਚਰ ਨਾਈਸ, ਖਟਾਈ ਕਿਸ ਪੂਰਾ ਕੂਲ, ਲੈਮਨ ਕੀ ਦੇਖ ਸਰ ਖਟਾਈ। ਇਸ ਟਾਈਮ ਠੰਡਾ ਸੈਲਡ ਸਰਵ ਹੁੰਦਾ ਪੂਰੀ, ਉਹ ਚੀਜ਼ ਹੈਗੀ ਹੈ। ਪਰਫੈਕਟ ਟੈਂਪਰੇਚਰ, ਟੈਂਪਰੇਚਰ ਵਗੈਰਾ ਪੂਰਾ ਦਾ ਪਰਫੈਕਟ ਹੈ ਤੇ ਹੁਣ ਤੱਕ ਸਮਾਈਲ ਹੋਣੀ ਚਾਹੀਦੀ ਵਧੀਆ ਜੀ। ਚਲੋ ਦੇਖਦੇ ਹਾਂ ਜੀ ਅੱਗੇ ਕੀ ਆਉਂਦਾ ਹੈ। ਥੈਂਕ ਯੂ ਸਰ। ਮੈਂ ਸਰ ਮੈਂ ਤਿੰਨ ਫੀਚਰ ਸੋਚਦੇ ਹੋਏ ਬਣਾਈ ਹੈ, ਵੈਗਨ, ਗਲੂਟਨ ਫਰੀ ਐਂਡ ਸ਼ੂਗਰ ਫਰੀ, ਤਾਂ ਕਿ ਇਹ ਹਰ ਤਰ੍ਹਾਂ ਦੇ ਲੋਕ ਖਾ ਸਕਣ। ਅੱਜ ਕੱਲ੍ਹ ਪੇਸ਼ੈਂਟਸ ਦਾ ਵੀ ਦਿਲ ਕਰਦਾ ਕਿ ਅਸੀਂ ਹਰ ਤਰ੍ਹਾਂ ਦੀ ਚੀਜ਼ ਖਾਈਏ। ਹੁਣ ਜਦੋਂ ਪੇਸ਼ੈਂਟ ਦੀ ਗੱਲ ਆਈ, ਤੁਹਾਡੇ ਪ੍ਰੋਫੈਸ਼ਨ ਦੀ ਗੱਲ ਆਈ, ਤਾਂ ਤੁਹਾਡੇ ਚਿਹਰੇ 'ਤੇ ਕਾਫੀ ਸਮਾਈਲ ਆਈ, ਇਮੋਸ਼ਨਲ ਹੋ ਗਏ ਹਾਂ ਤੁਸੀਂ। ਚਲੋ ਦੇਖਦੇ ਹਾਂ, ਅਸੀਂ ਜੱਜਿਸ ਨੂੰ ਇਮੋਸ਼ਨਲ ਨਹੀਂ ਕਰਨਾ ਹੁਣ ਕਿਉਂਕਿ ਟਾਈਮ ਹੈ, ਅਸੀਂ ਬਾਕੀ ਪਾਰਟਿਸਪੈਂਟ ਨਾਲ ਵੀ ਉਹ ਕਰਾਂਗੇ ਅਤੇ ਦੇਖਦੇ ਹਾਂ ਅੱਗੇ ਕੀ ਬਣਦਾ। ਜਿੰਨੇ ਵੀ ਕੰਟੈਸਟੈਂਟਸ ਅੰਦਰੋਂ ਜੱਜਮੈਂਟ ਰੂਮ 'ਚੋਂ ਆ ਰਹੇ ਹਨ, ਮਤਲਬ ਕੋਈ ਤਾਂ ਨਰਵਸ ਹੈ, ਕੋਈ ਡਰਿਆ ਹੋਇਆ, ਕੋਈ ਇੰਨਾ ਜ਼ਿਆਦਾ ਖੁਸ਼ ਹੈ ਕਿ ਮੈਨੂੰ ਆਪ ਨੂੰ ਲੱਗ ਰਿਹਾ ਕਿ ਵਾਓ ਇਹਨਾਂ ਨਾਲ ਜ਼ਰੂਰ ਕੁਝ ਵਧੀਆ ਹੀ ਹੋਇਆ ਹੋਣਾ। ਬਟ ਹੁਣ ਜਿਹੜੇ ਆ ਰਹੇ ਨੇ ਕਾਫੀ ਸਮਾਈਲਿੰਗ ਨੇ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਅੱਜ ਮੈਂ ਬਹੁਤ ਹੀ ਹੈਲਦੀ ਡਿਸ਼ ਲੈ ਕੇ ਆਈ ਸੀ, ਕਿਨੂਆ ਸੈਲਡ, ਅਤੇ ਇਹ ਸਾਰੀਆਂ ਡਿਸ਼ਿਜ਼ ਬਣਾਉਣ ਲਈ ਮੇਰੀ ਸਿਸਟਰ ਹੈ ਵੱਡੀ, ਉਹ ਮੈਨੂੰ ਬਹੁਤ ਹੀ ਜ਼ਿਆਦਾ ਇੰਸਪਾਇਰ ਕਰਦੇ ਹੈ। ਉਹ ਖਾਲੀ ਮੇਰੀ ਸਿਸਟਰ ਹੀ ਨਹੀਂ, ਲਾਈਕ ਮਾਈ ਮਦਰ ਔਰ ਮੇਰੀ ਫਰੈਂਡ ਵੀ, ਉਹ ਮੇਰੇ ਨਾਲ ਵੀ ਆਏ ਹੋਏ। ਓ ਮਾਈ ਗੋਡ, ਇਹ ਇਮੋਸ਼ਨਲ ਹੋ ਗਏ ਅਤੇ ਮੈਨੂੰ ਲੱਗਦਾ ਇਹ ਮੈਨੂੰ ਇਮੋਸ਼ਨਲ ਕਰ ਦੇਣਗੇ। ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਰਚਨਾ ਹੈ, ਮੇਰੀ ਛੋਟੀ ਸਿਸਟਰ ਹੈ ਸ਼ੈਲੀ। ਅਤੇ ਇਹਨਾਂ ਤੋਂ ਇਲਾਵਾ ਤੁਹਾਡੀ ਹੋਰ ਇੰਸਪੀਰੇਸ਼ਨ ਕੌਣ ਹੈ?
ਮੈਂ ਮਤਲਬ ਕਿ ਆਪਣੀ ਲਾਈਫ 'ਚ ਕੋਈ ਵੀ ਸਲਾਹ ਲੈਣੀ ਹੁੰਦੀ ਹੈ ਤਾਂ ਮੈਂ ਸਭ ਤੋਂ ਪਹਿਲਾਂ ਇਹਨਾਂ ਨੂੰ ਪੁੱਛਦੀ ਹਾਂ। ਡਿਸ਼ ਜਿਹੜੀ ਇਹਨਾਂ ਦੀ ਮਰਜ਼ੀ ਦੀ ਸੀ? ਹਾਂਜੀ, ਡਿਸ਼ ਇਹਨਾਂ ਦੀ ਮਰਜ਼ੀ। ਡਿਸ਼ਿਜ਼ ਕਾਫੀ ਸਾਰੀਆਂ ਚੂਜ਼ ਕੀਤੀਆਂ ਸੀ ਪਰ ਮੈਂ ਸਿਲੈਕਟ ਇਹਨਾਂ ਤੋਂ ਕਰਵਾਈ ਸੀ ਕਿ ਮੈਂ ਕਿਹੜੀ ਬਣਾਵਾਂ। ਕਿਤੇ ਇਹ ਤਾਂ ਨਹੀਂ ਹੋਊਗਾ ਕਿ ਇਹਨਾਂ ਦੀ ਜਿਹੜੀ ਸਿਲੈਕਟ ਕੀਤੀ ਹੋਈ ਡਿਸ਼ ਤੁਸੀਂ ਬਣਾਈ ਆ ਅਤੇ ਇਹ ਅਪਰੂਵ ਜੇ ਨਾ ਹੋਏ ਤਾਂ ਫਿਰ ਨਾ ਉਹਨਾਂ ਦਾ ਲੱਗ ਜਾਏ? ਨਹੀਂ ਬਿਲਕੁਲ ਨਹੀਂ ਜੀ, ਬਿਲਕੁਲ ਨਹੀਂ। ਚਲੋ, ਵਿਸ਼ ਯੂ ਆਲ ਦਾ ਬੈਸਟ ਸ਼ੈਲੀ ਐਂਡ ਥੈਂਕ ਯੂ ਸੋ ਮੱਚ। ਮੈਂ ਨਾ ਹੁਣੇ ਹੁਣੇ ਜਿਹੜੇ ਕੰਟੈਸਟੈਂਟਸ ਨੂੰ ਮਿਲ ਕੇ ਆਈ ਹਾਂ ਬਹੁਤ ਜ਼ਿਆਦਾ ਨਰਵਸ ਨੇ, ਬਿਕੋਜ਼ ਨੋ ਡਾਊਟ ਕਿ ਜਿਹੜੀ ਡਿਸ਼ ਹੈ ਉਹ ਘਰੋਂ ਬਣ ਕੇ ਆ ਰਹੀ ਹੈ, ਪਰ ਤਿਆਰੀ ਸਪੈਸ਼ਲੀ ਉਹਦੀ ਪ੍ਰੈਜੈਂਟੇਸ਼ਨ ਜਿਹੜੀ ਹੈ ਉਹ ਇੱਥੇ ਤਿਆਰ ਹੋ ਰਹੀ ਹੈ। ਅਤੇ ਬਹੁਤ ਸਾਰੇ ਕੰਟੈਸਟੈਂਟਸ ਇਸ ਤਰ੍ਹਾਂ ਦੇ ਨੇ ਜਿਹੜੇ ਕੁਛ ਕੁ ਚੀਜ਼ਾਂ ਜਿਹੜੀਆਂ ਨੇ ਭਾਵੇਂ ਮਾਈਨਰ ਨੇ, ਛੋਟੀਆਂ ਛੋਟੀਆਂ ਨੇ, ਪਰ ਭੁੱਲ ਆਏ ਨੇ, ਬਟ ਉਹ ਰਿਗਰੈਟ ਯੂ ਨੋ ਇਹ ਰਿਜ਼ਲਟਸ ਦੇ ਵਿੱਚ ਬਹੁਤ ਵੱਡਾ ਪੁਆਇੰਟ ਹੋਣ ਵਾਲਾ, ਕਿਉਂਕਿ ਪ੍ਰੈਜੈਂਟੇਸ਼ਨ ਇੱਕ ਇਸ ਤਰ੍ਹਾਂ ਦੀ ਚੀਜ਼ ਹੈ ਜਿਹੜੀ ਕਿ ਅੱਖਾਂ ਦੇ ਜ਼ਰੀਏ ਤੁਹਾਡੇ ਜ਼ਾਇਕੇ ਦਾ ਟੇਸਟ ਕਰ ਲੈਂਦੀ ਹੈ। ਵੈਲ, ਇਹ ਟੇਸਟ ਬਰਕਰਾਰ ਰਹੇਗਾ ਕਿਉਂਕਿ ਇਹ ਜੀ ਮਾਸਟਰ ਸ਼ੈਫ ਪੰਜਾਬੀ ਮਾਣ ਪੰਜਾਬ ਦਾ। ਨਾਮ ਦੱਸੋ, ਤੁਸੀਂ ਕਿੱਥੋਂ ਦੀ ਆਏ ਹੋ? ਮੈਂ ਬਰਤਨ, ਮੈਂ ਅੰਮ੍ਰਿਤਸਰ ਤੋਂ ਆਇਆ। ਤੇਰੀ ਮੁਸਕਰਾਹਟ ਕਿਉਂ ਗਾਇਬ ਹੈ? ਪਹਿਲੇ ਤਾਂ ਹੱਸ ਇੱਕ ਵਾਰੀ। ਪਹਿਲੇ ਪੰਜਾਬੀਆਂ ਦੀ ਪੂਰੀ ਤਾਕਤ ਲੈ ਕੇ ਆ, ਪੰਜਾਬੀ ਸ਼ੋਅ ਹੈ ਨਾ, ਤੇ ਫਿਰ ਪੰਜਾਬੀ ਵਾਲੀ ਤਾਕਤ ਹੋਣੀ ਚਾਹੀਦੀ। ਇੱਕ ਸ਼ੇਰ ਪਹਿਲਾਂ ਇਤਨੀ ਜ਼ੋਰ ਕੀ ਬੋਲਤਾ ਹੈ ਕਿ ਉਹ ਸਾਰੇ ਫਟ ਜਾਏ। ਜ਼ੋਰ ਹੀ ਬੋਲ, ਸਾਰੇ ਬਰਤਨ ਗਿਰ ਜਾਂਦੇ ਨੇ। ਥੋੜੀ ਜਿਹੀ ਹੈਲਪ ਕਰ ਦੇਣਾ, ਠਹਿਰ ਜਾ, ਆ ਜਾ, ਗਿਵ ਮੀ ਹੈਲਪ। ਨਾਲ ਕੀ ਦਿੱਤਾ ਹੈ? ਨਾਲ ਸਰ ਸੋਟੀ ਵੈਜੀਟੇਬਲ ਐਂਡ ਰਾਈਸ ਸਟਾਰਚ ਐਂਡ ਪੈਰੀ ਪੈਰੀ ਸੌਸ। ਪਹਿਲਾਂ ਖਾ ਕੇ ਟੇਸਟ ਕਰੋ, ਮੁੰਡਾ ਘਬਰਾ ਥੋੜਾ ਜਿਹਾ, ਹੈਲਪ ਕਰੀਏ। ਸ਼ੀਰਵਾਦ ਲੈ ਕੇ ਆਏ ਹੋ ਨਾ, ਫਿਰ ਬਹੁਤ ਅੱਛੀ ਬਣਾਈ ਤੁਸੀਂ। ਕੋਸ਼ਿਸ਼ ਤਾਂ ਕੀਤੀ ਹੈ ਨਾ, ਇੱਥੇ ਆਉਣ ਲਈ ਇੱਕ ਜਜ਼ਬਾ ਬਹੁਤ ਵੱਡੀ ਚੀਜ਼ ਚਾਹੀਦੀ ਉਹਦੇ ਵਿੱਚ, ਉਹ ਤੁਸੀਂ ਲੈ ਕੇ ਆਏ ਹੋ। ਜਿਹੜੀ ਪਿਆਰੀ ਪਿਆਰੀ ਸੌਸ ਹੈ ਜੀ, ਪਿਆਰੀ ਪਿਆਰੀ ਵੀ ਹੈ ਅਤੇ ਬਹੁਤ ਹੀ ਅਨੋਖਾ ਟੇਸਟ ਇਹਦਾ ਜਿਹੜਾ ਇਹਨੇ ਆਪ ਤਿਆਰ ਕੀਤੀ ਹੈ। ਅਤੇ ਜਿਹੜਾ ਕੰਬੀਨੇਸ਼ਨ ਹੈ ਰਾਈਸ ਡਿਸ਼ ਜਿਹੜੀ ਤਿਆਰ ਕੀਤੀ ਹੈ, ਕਾਫੀ ਬੈਲੈਂਸਡ ਹੈ ਅਤੇ ਨਾਲ। ਪਰ ਇੱਕੋ ਹੀ ਹੈ ਸੁਜੈਸ਼ਨ, ਜਦੋਂ ਵੀ ਕੋਟੇਜ ਸਟੇਕ ਸਰਵ ਕਰਨੀ ਹੈ ਉਹਨੂੰ ਛੁਪਾ ਦਿਓ ਜਾਂ ਤਾਂ ਰਾਈਸ ਦੇ ਅੰਦਰ ਜਾਂ ਉੱਪਰ ਰੱਖ ਕੇ ਕਰੋ, ਅਲੱਗ ਕਰਨ ਦੀ ਲੋੜ ਨਹੀਂ। ਦੈਟ ਇਜ਼ ਦੀ ਮੇਨ ਇਨਗਰੀਡੀਅੰਟ ਸੀ ਤੁਹਾਡਾ, ਠੀਕ ਹੈ? ਅਗਲੀ ਵਾਰੀ ਜਦੋਂ ਵੀ ਪਲੇਟਿੰਗ ਕਰਨੀ ਹੈ ਤਾਂ ਮੇਨ ਇਨਗਰੀਡੀਅੰਟ ਹਮੇਸ਼ਾ ਸੈਂਟਰ 'ਤੇ ਲੈ ਕੇ ਆਓ, ਠੀਕ ਹੈ? ਥੈਂਕ ਯੂ ਭਰਤ। ਮਾਸਟਰ ਸ਼ੈਫ ਪੰਜਾਬੀ ਲੁਧਿਆਣਾ ਸਿਟੀ ਤੇ ਨੰਬਰ ਆਫ ਕੰਟੈਸਟੈਂਟਸ ਜੋ ਅਗਲੇ ਮੇਰੇ ਕੋਲ ਪਹੁੰਚ ਰਹੇ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਆਏ ਹੋ ਤੁਸੀਂ? ਅੰਮ੍ਰਿਤਸਰ ਤੋਂ। ਓਕੇ, ਕੀ ਨਾਮ ਹੈ ਤੁਹਾਡਾ? ਭਰਤ। ਭਰਤ, ਕੀ ਬਣਾ ਕੇ ਲੈ ਕੇ ਆਏ ਤੁਸੀਂ? ਮੈਂ ਕੋਟੇ ਚੀਜ਼ ਸਟਕ ਬਣਾਇਆ ਸੀ। ਤੁਹਾਡੀ ਏਜ ਕਿੰਨੀ ਆ? 17 ਇਅਰ। 17 ਇਅਰ ਦੇ ਵਿੱਚ ਮਤਲਬ ਕਿ ਬੱਚਾ ਸ਼ੈਫ ਪੜਨ ਬਾਰੇ ਸੋਚ ਰਿਹਾ ਹੈ, ਮੈਂ ਰਾਈਟ? ਯੈਸ ਮੈਮ। ਓਕੇ, ਇਹ ਇਨਸਪੀਰੇਸ਼ਨ ਕਿੱਥੋਂ ਆਈ? ਮਮ ਮਦਰ। ਔਰ ਤੁਸੀਂ ਭਰਤ ਇਹਨੇ ਨਰਵਸ ਕਿਉਂ, ਕਨਫਿਊਜ਼ਡ ਕਿਉਂ, ਮਤਲਬ ਕੋਈ ਡਾਂਟ ਪਈ ਹੈ? ਨਹੀਂ ਜੀ, ਨਹੀਂ। ਫਿਰ ਵੈਸੇ ਓਕੇ, ਚਲੋ ਵੀ ਸ਼ੋ ਆਲ ਦਾ ਬੈਸਟ। ਆਪਣੀ ਇੰਟਰੋਡਕਸ਼ਨ ਦਿਓ ਥੋੜੀ ਜੀ। ਮੇਰਾ ਨਾਮ ਅਲਕਾ ਕਥਾਰੀ ਹੈ, ਮੈਂ ਹਾਊਸ ਵਾਈਫ ਹਾਂ ਔਰ ਮੈਨੂੰ ਕੁਛ ਫਿਊਜ਼ਨ ਬਣਾਉਣ ਦਾ ਬਹੁਤ ਸ਼ੌਂਕ ਰਹਿੰਦਾ ਹੈ, ਤਾਂ ਅੱਜ ਵੀ ਮੈਂ ਬੀਟਰੂਟ ਦੀ ਸੌਸ ਬਣਾਈ ਹੈ ਔਰ ਪਾਲਕ ਪਨਾ ਬਣਾਇਆ ਹੈ। ਪਾਲਕ ਪਨਾ ਮੇਨ ਡਿਸ਼ ਹੈ ਸਰ, ਚੀਜ਼ੀ ਪੌਪਰਸ ਬੇਕ ਕਰਕੇ ਬਣਾਏ ਨੇ ਸਰ। ਅਲਕਾ ਜੀ, ਪੁੱਛਣਾ ਤਾਂ ਚਾਹੀਦਾ ਬਟ ਤੁਹਾਡੀ ਏਜ ਕਿੰਨੀ? ਕਿਉਂ ਆਪ ਜਜਮੈਂਟ ਨਹੀਂ ਕਰ ਪਾ ਰਹੇ? ਨਹੀਂ ਨਹੀਂ, ਬੈਡ ਮੈਨਰ।
Still, I'm saying I'm 60 years. Oh, what? Sweet 16. Because you're energetic, aren't you? 25 years experience and 3 saal mein. Ye kaun sa? Haan ji. This is Palak Paneer. Palak Paneer. ਤੁਸੀਂ ਇਹ ਦੱਸੋ ਤੁਸੀਂ ਡਿਸ਼ ਕਿਹਦੇ ਲਈ ਬਣਾਈ ਹੈ ਸਰ ਆਪ ਤੁਹਾਡੇ ਵਾਸਤੇ ਬਣਾਈ ਹੈ ਵੈਸੇ ਤੇ ਪਰ ਮੇਰੇ ਘਰ 'ਚ ਬਹੁਤ ਲਾਈਕ ਕਰਦੇ ਨੇ ਮੇਰਾ ਬੇਕਿੰਗ ਡਿਸ਼ ਜਿਹੜੀ ਹੈ ਤੁਹਾਡੇ ਬੱਚੇ ਤੁਹਾਡੇ ਬੇਟੇ ਹਾਂਜੀ ਹਾਂਜੀ ਮੇਰਾ ਗ੍ਰੈਂਡਸਨ ਹੈ ਉਹ 10 ਇਅਰਸ ਦਾ ਹੈ ਚੰਗੀ ਹੈ ਵੈਰੀ ਨਾਈਸ ਗੁੱਡ ਵੈਰੀ ਵੈਰੀ ਗੁੱਡ ਥੈਂਕ ਯੂ ਸਰ ਥੈਂਕ ਯੂ ਐਂਡ ਐਕਸਪੀਰੀਅੰਸ ਹਾਂ ਐਕਸਪੀਰੀਅੰਸ ਬੋਲਦਾ ਹੈ ਲੱਗਦਾ ਜਿਹੜਾ ਪੰਨਾ ਬਣਾਇਆ ਹੈ ਬਹੁਤ ਹੀ ਜ਼ਬਰਦਸਤ ਹੈ ਮਤਲਬ ਇਹ ਜਿਹੜਾ ਪਿਆਰ ਤੇ ਜਿਹੜਾ ਤੁਸੀਂ ਆਪਣਾ ਗ੍ਰੈਂਡਸਨ ਜਾਂ ਗ੍ਰੈਂਡਡਾਟਰ ਜਿੰਨਾ ਵੀ ਖਾਣਾ ਆ ਉਹ ਸਾਰਾ ਹੀ ਪਿਆਰ ਨਾਲ ਬਣਿਆ ਸਾਫ ਹੀ ਝਲਕ ਰਿਹਾ ਚਾਹੇ ਪ੍ਰੈਜੈਂਟੇਸ਼ਨ ਦੇਖੋ ਚਾਹੇ ਟੇਸਟ ਦੇਖੋ ਤੇ ਤੁਸੀਂ ਇੰਝ ਹੀ ਬਣਾਉਂਦੇ ਰਹੋ ਜੀ ਖਾਣਾ ਜਿਹੜੇ ਤੁਸੀਂ ਕਿਹਾ ਕਿ ਗ੍ਰੈਂਡਸਨ ਹੈ ਉਹ ਵੀ ਇੱਕ ਦਿਨ ਬਹੁਤ ਵੱਡਾ ਸ਼ੈਫ ਬਣ ਕੇ ਸੈਲੀਬ੍ਰਿਟੀ ਸ਼ੈਫ ਬਣ ਕੇ ਆਵੇ ਤੁਸੀਂ ਸਾਰਿਆਂ ਦਿਲ ਜਿੱਤ ਲਿਆ ਜੀ ਥੈਂਕ ਯੂ ਸੋ ਮਚ ਥੈਂਕ ਯੂ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਕਿੱਥੋਂ ਆਏ ਹੋ ਮੈਂ ਲੁਧਿਆਣਾ ਤੋਂ ਹਾਂ ਓਕੇ ਅਤੇ ਪਹਿਲਾਂ ਮੈਨੂੰ ਇਹ ਦੱਸੋ ਕਿ ਮਤਲਬ ਡਾਇਰੈਕਟ ਮੈਨੂੰ ਲੱਗਦਾ ਕਿ ਅੰਦਰ ਤੁਹਾਡੇ ਤੋਂ ਪੁੱਛ ਚੁੱਕੀ ਜੀ ਹਾਂਜੀ ਚਲੋ ਮੈਂ ਇਹ ਕੁਐਸਚਨ ਨਾ ਥੋੜ੍ਹਾ ਮੋਲਡ ਕਰਕੇ ਪੁੱਛ ਲੈਂਦੀ ਹਾਂ ਲਾਈਕ ਹਾਊ ਮੈਨੀ ਚਿਲਡਰਨਸ ਡੂ ਯੂ ਹੈਵ ਆਈ ਹੈਵ 2 ਚਿਲਡਰਨਸ ਬਟ ਗ੍ਰੈਂਡਸਨ ਐਂਡ ਗ੍ਰੈਂਡਡਾਟਰ 4 ਚਿਲਡਰਨ ਆਈ ਹੈ ਓ ਮਾਈ ਗੋਡ ਇਹ ਦੇਖੋ ਇਹਨਾਂ ਨੂੰ ਦੇਖ ਕੇ ਲੱਗਦਾ ਹੈ ਕਿ ਲਾਈਕ ਗ੍ਰੈਂਡ ਚਿਲਡਰਨਸ ਐਂਡ ਦਾਦੀ ਮਾਂ ਓਕੇ ਮਤਲਬ ਕਿ ਸਾਨੂੰ ਜਿਹੜੀਆਂ ਦਾਦੀ ਮਾਂ ਅਤੇ ਨਾਨੀ ਮਾਂ ਦੀਆਂ ਰੈਸਪੀਜ਼ ਨੇ ਡਿਸ਼ਿਜ਼ ਨੇ ਉਹ ਮਾਸਟਰ ਸ਼ੈਫ ਪੰਜਾਬੀ 'ਚ ਖਾਣ ਨੂੰ ਮਿਲ ਜ਼ਰੂਰ ਜ਼ਰੂਰ ਮਿਲਣਗੀਆਂ ਜੀ ਕਿਉਂਕਿ ਸਾਨੂੰ ਤੁਸੀਂ ਮੌਕਾ ਦਿੱਤਾ ਵੈ ਇੱਥੇ ਆਉਣ ਦਾ ਅਤੇ ਅਸੀਂ ਜ਼ਰੂਰ ਦੇਵਾਂਗੇ ਥੈਂਕ ਯੂ ਸੋ ਮਚ ਹਾਂਜੀ ਥੈਂਕ ਯੂ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਲੈਣੀ ਗੁਰਬਾਨੀ ਹੈ ਲੈਣੀ ਜੀ ਬਲੌਗ ਕਰਦੀ ਹਾਂ ਲੈਣੀ ਜੀ ਕੀ ਬਣਾਇਆ ਤੁਸੀਂ ਐਕਸਪਲੇਨ ਕਰੋ ਮੈਂ ਪੰਜਾਬੀਆਂ ਦਾ ਅਤੇ ਕੁੱਕੜ ਦਾ ਬਹੁਤ ਪੁਰਾਣਾ ਰਿਸ਼ਤਾ ਹੈ ਅਤੇ ਮੈਂ ਚਿਕਨ ਬਣਾਇਆ ਹੈ ਇੱਕ ਤਾਂ ਮਲੇਸ਼ੀਅਨ ਹੈ ਥਾਈ ਚਿਕਨ ਵਿਦ ਔਰੇਂਜ ਰਾਈਸ ਅਤੇ ਸੈਕਿੰਡ ਹੈ ਸ਼ੈਂਪੇਨ ਚਿਕਨ ਵਿਦ ਗ੍ਰੇਪਸ ਔਰ ਫੁਕੇਸ਼ੀਆ ਬ੍ਰੈਡ ਸਟਿਕਸ ਦੇ ਨਾਲ ਇਹ ਤੁਸੀਂ ਮਿਕਸ ਕਰਦੇ ਹੋ ਫਲੇਵਰ ਜਿਹੜੇ ਪੰਜਾਬੀ ਤੇ ਸ਼ੈਂਪੇਨ ਫ੍ਰੈਂਚ ਤੇ ਸਾਰੇ ਫਲੇਵਰ ਮਿਕਸ ਹੈ ਚੈਂਪੀਅਨ ਕਿਹੜੀ ਯੂਜ਼ ਕੀਤੀ ਤੁਸੀਂ ਪਲੇਨ ਪਲੇਨ ਕਿਉਂਕਿ ਸ਼ੈਂਪੀਅਨ ਤੁਹਾਨੂੰ ਪਤਾ ਸ਼ੈਂਪੀਅਨ ਇੰਡੀਆ 'ਚ ਮਿਲਦੀ ਹੈ ਕਿ ਨਹੀਂ ਮਿਲਦੀ ਹੈ ਮਿਲਦੀ ਹੈ ਹਾਂਜੀ ਸ਼ੈਂਪੀਅਨ ਜਿਹੜਾ ਜੀ ਇੱਕ ਫਰਾਂਸ ਦਾ ਰੀਜਨ ਹੈ ਜਿੱਥੇ ਜਿਹੜੀ ਉੱਥੇ ਸਪਾਰਕਲਿੰਗ ਵਾਈਨ ਬਣੇਗੀ ਉਹੀ ਸ਼ੈਂਪੀਅਨ 'ਚ ਲੱਗੇਗੀ ਬਾਕੀ ਜਿਹੜੀਆਂ ਹੈ ਉਹ ਸਪਾਰਕਲਿੰਗ ਵਾਈਨ ਆ ਸ਼ੈਂਪੀਅਨ ਨਹੀਂ ਮਲੇਸ਼ੀਅਨ ਥਾਈ ਫਰਾਂਸ ਸਾਰਿਆਂ ਦਾ ਕੰਬੀਨੇਸ਼ਨ ਆ ਗਿਆ ਨੈਨੀ ਜੀ ਨੇ ਤੁਹਾਨੂੰ ਵਰਲਡ ਟੂਰ ਘੁਮਾਤਾ ਪੰਜਾਬ ਚ ਰਹਿ ਕੇ ਇਹਦੀ ਟ੍ਰੇਨਿੰਗ ਥਾਈਲੈਂਡ ਚ ਦਿੱਤੀ ਸੀ ਕਿ ਉਰੇ ਸੀ ਸਰ ਮੈਂ ਆਪਣੇ ਆਪ ਬੁੱਕਸ ਤੋਂ ਪੜ੍ਹ ਕੇ ਇਧਰੋਂ ਉਧਰੋਂ ਇੰਟਰਨੈਟ ਟਰਾਈ ਕਰਦੀ ਰਹਿੰਦੀ ਮੈਂ ਕਦੀ ਕਿਤੋਂ ਸਿੱਖਿਆ ਨਹੀਂ ਕੁਕਿੰਗ ਲਈ ਕੁਝ ਵੀ ਕੋਈ ਕਲਾਸ ਨਹੀਂ ਕਦੀ ਅਟੈਂਡ ਕੀਤੀ ਵੈਰੀ ਨਾਈਸ ਤੇ ਹੁਨਰ ਹੈ ਜੀ ਜਿਹੜਾ ਕਿ ਦੇਖ ਰਹੇ ਹੋ ਤੁਸੀਂ ਹੋਮ ਸ਼ੈਫ ਕਿਤਾਬਾਂ ਤੋਂ ਪੜ੍ਹ ਕੇ ਇੰਟਰਨੈਟ ਦੇ ਜ਼ਰੀਏ ਡਿਸ਼ਿਜ਼ ਦੇਖ ਕੇ ਜਿਹੜਾ ਇੰਨਾ ਸਕਿੱਲਸ ਆਪਣੇ ਇੰਪਰੂਵ ਕਰ ਰਹੀਆਂ ਨੇ ਤੇ ਬਹੁਤ ਵਧੀਆ ਡਿਸ਼ ਹੈ ਜੀ ਵੈਰੀ ਨਾਈਸ ਮੈਂ ਤੋਂ ਆਏ ਥਾਈ ਵਾਲਾ ਜ਼ਰਾ ਸੇ ਜ਼ਰਾ ਬਟ ਹਿੰਮਤ ਹੈ ਕਿਸੇ ਕੋ ਇਹ ਬਣਾ ਲੇ ਵੈਰੀ ਵੈਰੀ ਸ਼ੈਂਪੇਨ ਕੰਪਲੀਮੈਂਟ ਵੈਰੀ ਗੁੱਡ ਥੈਂਕ ਯੂ ਸੋ ਮਚ ਸਾਡੇ ਸ਼ੈਫ ਵੱਲੋਂ ਤੁਹਾਨੂੰ ਕੰਪਲੀਮੈਂਟ ਮਿਲਣਾ ਮਤਲਬ ਕਿ ਬਹੁਤ ਵੱਡੀ ਗੱਲ ਹੈ ਮਿਲ ਗਿਆ ਦੇਖੋ ਉਹਨਾਂ ਨਾਲ ਇੱਕ ਫਲਾਵਰ ਵੀ ਆ ਰਿਹਾ ਹੈ ਇਹ ਕੰਪਲੀਮੈਂਟ ਬਹੁਤ ਵਧੀਆ ਟੇਸਟ ਹੈ ਬਹੁਤ ਵਧੀਆ ਦੇ ਫਲੇਵਰ ਹੈ ਬੈਠ ਜਾ ਸਪੋਰਟ ਕਰਦੇ ਹਸਬੰਡ ਐਨਕਰੇਜ ਕਰਦੇ ਆ ਨਾ ਉੱਥੇ ਬੈਠਦੇ ਆ ਕੇ ਹਾਂਜੀ ਮੈਂ ਵੀ ਤੁਹਾਡੇ ਸਾਹਮਣੇ ਹੀ ਮੈਂ ਉਹਨਾਂ ਨੂੰ ਸਾਰੀ ਸ਼ਕਤੀ ਥੈਂਕ ਯੂ ਮਾਸਟਰ ਸ਼ੈਫ ਪੰਜਾਬੀ
ਜਜਸ ਦਾ ਜਿਹੜਾ ਅੰਦਰ ਚੱਲ ਰਿਹਾ ਨਾ ਲਾਈਕ ਗੁਪਚੁਪ ਗੁਪਚੁਪ ਸਮਥਿੰਗ, ਮੈਨੂੰ ਇੱਦਾਂ ਲੱਗ ਰਿਹਾ ਕਿ ਕਾਫੀ ਜ਼ਿਆਦਾ ਇੰਟਰਸਟਿੰਗ ਤਾਂ ਹੋ ਹੀ ਗਿਆ ਆ, ਹੁਣ ਤਾਂ ਕੰਪੀਟੀਸ਼ਨ ਪੂਰੇ ਆਪਣੇ ਲੈਵਲ 'ਤੇ ਆ, ਪਰ ਜਿੰਨਾ ਮੈਨੂੰ ਲੱਗਦਾ ਕਿ ਇੱਥੇ ਟਫ ਹੈ ਓਨਾ ਹੀ ਅੰਦਰ ਵੀ ਟਫ ਹੋਣਾ, ਤਾਂ ਡਿਸੀਜ਼ਨ ਮੇਕਿੰਗ ਯੂ ਨੋ ਇਟ ਡਿਪੈਂਡਸ ਕਿ ਕੁਆਲਿਟੀ ਕਿੱਦਾਂ ਦੀ ਆਉਂਦੀ ਹੈ। ਫਿਲਹਾਲ ਕੁਆਲਿਟੀ ਵਾਈਜ਼ ਇੱਕ ਹੋਰ ਕੰਟੈਸਟੈਂਟ ਆ ਰਹੇ ਨੇ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮੈਮ, ਕਿੱਥੋਂ ਆਏ ਹੋ? ਇੱਥੋਂ ਹੀ, ਲੁਧਿਆਣਾ ਤੋਂ ਹੀ ਆਈ ਹਾਂ। ਅਤੇ ਕੀ ਬਣਾ ਕੇ ਲੈ ਕੇ ਆਈ ਤੁਸੀਂ ਅੱਜ? ਮੈਂ ਚਿਕਨ ਦੀਆਂ ਦੋ ਡਿਸ਼ਿਜ਼ ਬਣਾ ਕੇ ਲੈ ਕੇ ਆਈ ਸੀ, ਇੱਕ ਤਾਂ ਥਾਈ ਚਿਕਨ ਐਂਡ ਇੱਕ ਫਰੈਂਚ ਚਿਕਨ। ਥਾਈ ਐਂਡ ਫਰੈਂਚ, ਯਾਨੀ ਕਿ ਇੰਡੀਆ ਦੇ ਵਿੱਚ ਸਪੈਸ਼ਲੀ ਮਾਨਚੈਸਟਰ ਸਿਟੀ ਲੁਧਿਆਣਾ ਵਿੱਚ ਬੈਠ ਕੇ ਆਪਾਂ ਥਾਈਲੈਂਡ ਅਤੇ ਫਰੈਂਚ ਫਰੈਂਚ ਦਾ ਸਫ਼ਰ ਜਿਹੜਾ ਕਰ ਲਿਆ, ਇੱਕ ਇੰਨਾ ਅੱਛਾ ਪਲੈਟਫਾਰਮ ਮਿਲਿਆ ਕਿ ਮੇਰੇ ਵਰਗੇ ਜਿਹੜੇ ਸ਼ੈਫ ਹੋਮ ਸ਼ੈਫਸ ਹੈ ਜੋ, ਅਤੇ ਘਰੋਂ ਇੰਨੀ ਇਨਕਰੇਜਮੈਂਟ ਮਿਲਦੀ ਹੈ ਕਿ ਤੁਸੀਂ ਬਣਾਓ, ਬਹੁਤ ਅੱਛਾ ਬਣਾਇਆ, ਬਹੁਤ ਅੱਛਾ ਬਣਾਇਆ, ਪਰ ਕਦੀ ਐਕਸਪੋਜ਼ਰ ਨਹੀਂ ਮਿਲਿਆ ਸੀ। ਉਹ ਅੱਜ ਇੱਥੇ ਆ ਕੇ ਇੰਨਾ ਅੱਛਾ ਫੀਲ ਹੋ ਰਿਹਾ ਕਿ ਕੋਈ ਹੋਰ ਵੀ ਰਿਕੋਗਨਾਈਜ਼ ਕਰਦਾ ਸਾਡੀ ਡਿਸ਼ਿਜ਼ ਨੂੰ। ਅਤੇ ਆਡੀਸ਼ਨ ਦੇ ਕੇ ਕਿਵੇਂ ਦਾ ਫੀਲ ਕਰ ਰਹੇ ਹੋ? ਬਹੁਤ ਮਜ਼ਾ ਆਇਆ, ਇੰਨਾ ਜ਼ਿਆਦਾ ਮਜ਼ਾ ਆਇਆ ਕਿ ਕਿਸੇ ਹੋਰ ਨੇ ਵੀ ਤੁਹਾਨੂੰ ਐਪਰੀਸ਼ੀਏਟ ਕੀਤਾ, ਇੰਨੇ ਵੱਡੇ ਸ਼ੈਫਸ ਨੇ ਐਪਰੀਸ਼ੀਏਟ ਕੀਤਾ, ਅਤੇ ਆਪਣੇ ਆਪ ਨੂੰ ਬਹੁਤ ਪ੍ਰਾਊਡ ਫੀਲ ਹੁੰਦਾ ਕਿ ਆਪਣੇ ਘਰ ਦੇ ਵਿੱਚੋਂ ਨਿਕਲ ਕੇ ਤੁਸੀਂ ਇੰਨਾ ਸਾਨੂੰ ਅੱਛਾ ਚਾਂਸ ਦਿੱਤਾ। ਚਲੋ ਮੈਮ, ਵਿਸ਼ ਯੂ ਆਲ ਦ ਬੈਸਟ ਐਂਡ ਥੈਂਕ ਯੂ ਸੋ ਮੱਚ। ਥੈਂਕ ਯੂ ਸੋ ਮੱਚ। ਪੰਜਾਬ ਦੀ ਖਾਸੀਅਤ ਦੀ ਗੱਲ ਕਰੀਏ ਤਾਂ ਹਮੇਸ਼ਾ ਸਭ ਤੋਂ ਪਹਿਲੀ ਗੱਲ ਜਿਹੜੀ ਆਉਂਦੀ ਹੈ, ਸਰੋਂ ਦਾ ਸਾਗ, ਮੱਕੀ ਦੀ ਰੋਟੀ ਅਤੇ ਨਾਲ ਮੱਖਣ। ਬਈ ਜੇ ਗੱਲ ਮੇਰਠ ਦੀ ਹੋਵੇ ਤਾਂ ਖਾਸੀਅਤ ਉੱਥੋਂ ਦੀ ਕੀ ਹੋ ਸਕਦੀ ਹੈ? ਮਤਲਬ ਕੁਛ ਸੋਚ ਸਕਦਾ? ਮਤਲਬ ਮੈਂ ਸੋਚਾਂ ਤਾਂ ਸ਼ਾਇਦ ਮਤਲਬ ਮੈਨੂੰ ਵੀ ਇਹੀ ਲੱਗੇ ਕਿ ਲੱਸੀ ਤਾਂ ਪੰਜਾਬ ਦੀ ਹੈ, ਪਰ ਨਹੀਂ। ਅੱਜ ਮੈਂ ਮਾਸਟਰ ਸ਼ੈਫ ਪੰਜਾਬੀ ਦੇ ਇਸ ਮੰਚ 'ਤੇ ਖੜ ਕੇ ਤੁਹਾਨੂੰ ਸਾਰਿਆਂ ਨੂੰ ਦੱਸ ਰਹੀ ਹਾਂ ਕਿ ਬਈ ਦੇਖੋ, ਲੱਸੀ ਸਿਰਫ ਪੰਜਾਬੀਆਂ ਦੀ ਨਹੀਂ, ਮੇਰਠ ਵਾਲਿਆਂ ਦੀ ਵੀ ਸਪੈਸ਼ਲ ਹੈ। ਬਈ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਮੈਨੂੰ ਕਿਵੇਂ ਪਤਾ ਲੱਗਾ? ਦੇਖੋ ਜੀ, ਸਾਡਾ ਅਗਲਾ ਕੰਟੈਸਟੈਂਟ ਮੇਰਠ ਤੋਂ ਹੈ ਅਤੇ ਇਹ ਗੱਲਬਾਤ ਤਾਂ ਸਾਡੀ ਮੇਚਲ ਹੋ ਚੁੱਕੀ ਹੈ। ਖਾਣੇ ਦਾ ਸ਼ੌਕ ਪਹਿਲਾਂ ਤੋਂ ਸੀਗਾ ਕਿ ਹੁਣ ਆਇਆ? ਸਰ ਪਹਿਲੇ ਸੀ। ਪਹਿਲਾਂ ਤੋਂ ਹੀ? ਕਿਹੜੀ ਉਮਰ 'ਚ ਖਾਣਾ ਪਹਿਲੀ ਵਾਰ ਬਣਾਇਆ? ਸਰ 8 ਕਲਾਸ ਮੈਂ ਥਾ ਮੈਂ ਉਸ ਟਾਈਮ ਤੇ। ਇਹ ਮੈਨੂੰ ਸ਼ੇਫ ਯਾਦ ਆ ਗਿਆ ਵੀ ਮੈਂ ਵੀ ਸੇਮ ਇਦਾਂ ਹੀ 8ਵੀਂ 'ਚ ਹੁੰਦਾ ਸੀ ਤੇ ਇਦਾਂ ਹੀ ਸ਼ੇਫ ਕੋਟ ਪਾ ਕੇ ਮੈਂ ਖੜਾ ਸੀ ਇੱਕ ਵਾਰੀ ਕੰਟੈਸਟ। ਵੈਰੀ ਨਾਈਸ, ਥੈਂਕਸ। ਆਈ ਹੋਪ ਇਹ ਵਧੀਆ ਹੋਵੇ, ਸਾਰਿਆਂ ਨੂੰ ਪਸੰਦ ਆਵੇ, ਬਟ ਮੈਨੂੰ ਸਟਾਈਲ, ਤੁਹਾਡੀ ਹਿੰਮਤ ਪਸੰਦ ਆ ਗਈ ਹੈ। ਵੈਰੀ ਨਾਈਸ। ਤੇ ਤੁਸੀਂ ਨਵਾਂ ਪ੍ਰੋਫੈਸ਼ਨ ਜੁਆਇਨ ਕੀਤਾ ਹੈ, ਬਹੁਤ ਬਹੁਤ ਕੰਗ੍ਰੈਚੁਲੇਸ਼ਨ। ਆਪਣੇ ਡਿਸ਼ ਐਕਸਪਲੇਨ ਕਰੋ ਯਾਰ। ਸਰ ਬਰਫੀ ਵਾਲੀ ਲੱਸੀ। ਦਿਸ ਬਰਫੀ ਵਾਲੀ ਲੱਸੀ? ਯੈਸ ਸਰ। ਓਕੇ। ਔਰ ਸਰ ਦਹੀਂ ਕੇ ਪਕੌੜਾ। ਦਹੀਂ ਕੋ ਹੈਂਗ ਕੀਆ ਦਾ? ਯੈਸ ਸਰ। ਔਰ ਇਸਮੇ ਸੱਤੂ ਡਾਲ? ਨੋ ਸਰ, ਪਨੀਰ ਯੂਜ਼ ਕੀਆ। ਓਕੇ ਓਕੇ। ਹਾਂ ਮੈਂ ਉਹੀ ਮੈਨੂੰ ਬੜਾ ਸਪੈਸ਼ਲ ਕੰਬੀਨੇਸ਼ਨ। ਉਸ ਤੋਂ ਬਾਈਂਡਿੰਗ ਦੇ ਲਈ ਚਾਹੀਏ ਨਾ, ਨਹੀਂ ਤਾਂ ਉਹ ਤਾਂ ਮਤਲਬ ਹੰਗ ਕਰਕੇ ਸਾਥ ਹੋ ਰਹੇਗਾ ਹੀ ਨਾ ਉਹ ਚੀਜ਼। ਦਿਸ ਇਜ਼ ਨਾਈਸ। ਪਰ ਉਹ ਜੋ ਦਹੀਂ ਕਾ ਸੌਫਟਨੈਸ ਹੈ ਉਹ ਬ੍ਰੈਡ ਕਰਮ ਡਾਲਨੇ ਸੇ ਚਲਾ ਗਿਆ। ਦੁਬਾਰਾ ਪ੍ਰੈਸ ਕਰਕੇ ਮਲਣਾ ਪੈਣਾ ਹੈ, ਕਿਉਂਕਿ ਜਦੋਂ ਹੀਟ ਦੇ ਨਾਲ ਤੁਸੀਂ ਫਰਾਈ ਕਰਨ ਦੀ ਕੋਸ਼ਿਸ਼ ਕੀਤੀ ਉਹ ਚੀੜਾ ਹੋ ਗਿਆ, ਉਹਦੇ ਨਾਲ ਜਦੋਂ ਬ੍ਰੈਡ ਕਰਮ ਦਾ ਕੰਬੀਨੇਸ਼ਨ ਜਾ ਰਿਹਾ, ਇਸ ਕਰਕੇ ਸਾਰੇ ਜੱਜਿਸ ਕਹਿ ਰਹੇ ਆ ਕਿ ਉਹ ਬ੍ਰੈਡ ਕਰਮ ਪਾਇਆ ਹੈ ਨਾਲ। ਵੈਰੀ ਗੁੱਡ ਟ੍ਰਾਈ,
बहुत धन्यवाद करते हैं क्योंकि यही ने जिहड़े कि इस शो के जरिए सारे मैसेज देना चाहते हैं कि जो पैशन है तो तुम जिंदगी हमेशा उपर जा सकते हो। तो आकाश असं बहुत धन्यवादी है इस शो के जरिए जी मिसाल कायम की है तो अगे भी तुम पैशनेट रहो। बाकी आकाश में विश करता हूँ थोड़े साल बाद इस कुर्सी पर बैठे हो। थैंक यू सो मच। हेलो हाउ आर यू। मैं बहुत बढ़िया तुम सुनाओ कि ਕਿੱਥੋਂ ਆਏ ਹੋ? ਮੇਰਠ। ਆਈ ਐਮ ਫਰੋਮ ਮੇਰਠ। ਮੇਰਠ ਤੋਂ ਕਦੋਂ ਚੱਲੇ? ਮੈਮ ਕੱਲ ਰਾਤ। ਤੇ ਕੀ ਖਾਸ ਤੁਸੀਂ ਬਣਾ ਕੇ ਲੈ ਕੇ ਆਏ ਹੋ ਇਸ ਵਿੱਚ? ਮੈਮ ਬਰਫੀ ਵਾਲੀ ਲੱਸੀ ਔਰ ਦਹੀਂ ਦੇ ਕੋਫਤੇ। ਬਰਫੀ ਵਾਲੀ ਲੱਸੀ ਮੈਂ ਪਹਿਲੀ ਵਾਰੀ ਸੁਣ ਰਹੀ ਹਾਂ। ਟੇਸਟ ਕਿਵੇਂ ਦਾ ਸੀ? ਸ਼ੋਰ ਮੈਮ ਕਿਉਂ ਨਹੀਂ। ਮੈਂ ਪੁੱਛ ਰਹੀ ਕਿਵੇਂ ਦਾ ਸੀ ਕਿਉਂਕਿ ਤੁਸੀਂ ਮੈਨੂੰ ਕਰਾਇਆ ਹੀ ਨਹੀਂ ਟੇਸਟ। ਮੈਮ ਇਤਨੀ ਟੇਸਟੀ ਦੀ ਜਜ਼ਿਸ ਨਹੀਂ ਨਹੀਂ ਛੋੜੀ। ਓ ਮਾਈ ਗੋਡ। देखो बच्चे बेचारे जजेस ने छोड़ी नहीं आपने खाई कि नहीं? नो मैम। नो मैम। चलो जब तुसे अगली बारी आओगे ना आई विश कि ए बर्फी वाली लस्सी दोबारा बना के लेके आओ अपन दोनों ना लाइक इकट्ठे टेस्ट कराएंगे फिर। मैम ओके थैंक यू विश यू ऑल द बेस्ट। जलंधर ਪ੍ਰੈਜੈਂਟੇਸ਼ਨ ਤਾਂ ਬਹੁਤ ਵਧੀਆ ਜੀ ਤੁਸੀਂ ਇਹ ਜਿਹੜਾ ਸਵੀਟਸ ਹੈ ਜਿਹੜਾ ਮਿਠਾਸ ਪੂਰੀ ਪੰਜਾਬੀ ਕਲਚਰ 'ਚ ਹਮੇਸ਼ਾ ਜਦੋਂ ਵੀ ਖਾਣੇ ਦੇ ਵਿੱਚ ਇੱਕ ਮਿੱਠੇ ਦਾ ਬਹੁਤ ਹੀ ਮਹੱਤਵਪੂਰਨ ਰੋਲ ਹੁੰਦਾ ਹੈ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਪ੍ਰੈਜੈਂਟ ਕੀਤਾ ਹੈ। ਬਾਕੀ ਹੁਣ ਟੈਕਸਚਰ ਵੀ ਬਹੁਤ ਸੋਹਣੇ ਨਜ਼ਰ ਆ ਰਹੇ ਨੇ। ਆਈ ਥਿੰਕ ਇਹ ਬਹੁਤ ਵਧੀਆ ਤਰੀਕਾ ਜਦੋਂ ਅਸੀਂ ਪ੍ਰੈਜੈਂਟੇਸ਼ਨ ਚੇਂਜ ਕਰ ਸਕਦੇ ਹਾਂ ਕਿਸ ਚੀਜ਼ ਦੀ ਅਤੇ ਬੱਚੇ ਸਿਰਫ ਪ੍ਰੈਜੈਂਟੇਸ਼ਨ ਦਾ ਫਸਟ ਥਿੰਗ ਜਿਹਨੂੰ ਲੈ ਕੇ ਜਾਂਦੇ ਆ ਜੇ ਉਹਨਾਂ ਨੂੰ ਦੱਸੋ ਕੱਦੂ ਸਬਜ਼ੀ ਕਦੀ ਨਹੀਂ ਖਾਓਗੇ ਜਿਹਨਾਂ ਨੂੰ ਪੀਜ਼ਾ ਖਾ ਦਿਓ ਕੱਦੂ ਵਾਲਾ ਤਾਂ ਤੇਲ ਲੀਟੇ ਕਿਉਂਕਿ ਬੱਚਿਆਂ ਨੂੰ ਜਦ ਕਹਿੰਦੇ ਗੁੜ ਵਾਲਾ ਹਲਵਾ ਕਿਉਂਕਿ ਗੁੜ ਤਾਂ ਬਿਲਕੁਲ ਨਹੀਂ ਜਦੋਂ ਉਹਨਾਂ ਨੂੰ ਰੋਲ ਕਰਕੇ ਦਿੱਤਾ ਜਾਂਦਾ ਫਿਰ ਕਹਿੰਦੇ ਬਹੁਤ ਟੇਸਟੀ ਹੈ ਕਿ ਉਹੀ ਪਤਾ ਹੀ ਨਹੀਂ ਲੱਗਦਾ ਕਿ ਗੁੜ ਵਾਲਾ ਹਲਵਾ ਸੀ ਤੇ ਬਹੁਤ ਹੀ ਐਕੂਰੇਟ ਹੈ ਤੇ ਮਤਲਬ ਇੰਨਾ ਖਾਣ ਤੋਂ ਬਾਅਦ ਵੀ ਮੇਰਾ ਦਿਲ ਕਰ ਰਿਹਾ ਮੈਂ ਪਲੇਟ ਸਾਰੀ ਦੀ ਸਾਰੀ ਮੈਂ ਹੀ ਖਤਮ ਕਰਾਂ। ਜ਼ਰੂਰ ਖਾਓ ਜੀ ਕਿਉਂਕਿ ਮੈਂ ਦੋ ਤਰ੍ਹਾਂ ਦਾ ਹਲਵਾ ਬਣਾਇਆ ਹੈ। ਇੱਕ ਬਣਾਇਆ ਦੁੱਧ ਵਾਲਾ ਹਲਵਾ ਔਰ ਇੱਕ ਹੈ ਸੂਜੀ ਵਾਲਾ ਗੁੜ ਵਾਲਾ ਹਲਵਾ। ਹਾਂਜੀ ਜਿਹੜਾ ਦੁੱਧ ਵਾਲਾ ਹਲਵਾ ਉਹਦੇ ਵਿੱਚ ਮੈਂ ਬੇਸਨ ਵੀ ਯੂਜ਼ ਕੀਤਾ ਸੂਜੀ ਦੇ ਨਾਲ। ਬਹੁਤ ਵਧੀਆ ਡਿਸ਼ ਹੈ ਮਿੱਠਾਪਨ ਜਿਹੜਾ ਦਿਖਾ ਰਹੀ ਹੈ। ਬਾਕੀ ਸਿਰਫ ਇੱਕੋ ਹੀ ਸਾਡੀ ਸੁਜੈਸ਼ਨ ਹੈ ਕਿ ਜਦੋਂ ਵੀ ਤੁਸੀਂ ਡਿਸ਼ ਪ੍ਰੈਜੈਂਟ ਕਰੋ ਥੋੜ੍ਹਾ ਕਰੋ ਪੋਰਸ਼ਨ ਸਾਈਜ਼ ਬਹੁਤ ਜ਼ਿਆਦਾ ਹੈ ਇਹਨੂੰ ਤੁਸੀਂ ਸਿੰਗਲ ਸਿੰਗਲ ਇੱਕੋ ਦੇ ਉੱਤੇ ਵੀ ਕਰ ਸਕਦੇ ਹੋ ਤਾਂ ਕਿ ਉਹ ਪਲੇਟ ਜਿਹੜੀ ਭਰੀ ਹੈ ਉਹ ਥੋੜ੍ਹੀ ਜ਼ਿਆਦਾ ਨਿਖਰ ਗਈ। ਦੇਖੋ ਸ਼ੇਫ ਇੰਨਾ ਸਵਾਦ ਹੈ ਕਿ ਇਹ ਤਾਂ ਮੈਂ ਇਕੱਲੇ ਹੀ ਖਾ ਸਕਦਾ। ਨਹੀਂ ਬਹੁਤ ਵਧੀਆ ਜੀ ਬਹੁਤ ਵਧੀਆ ਮਿੱਠਾ ਜਿਹੜੇ ਜਿੰਨੀਆਂ ਵੀ ਡੈਜ਼ਰਟ ਤੁਸੀਂ ਇਹ 'ਚ ਪੇਸ਼ ਕੀਤੀਆਂ ਨੇ ਮੇਰੇ ਵੱਲੋਂ ਤਾਂ ਬਹੁਤ ਵੱਡੀ ਹਾਂ ਹੈ ਅਤੇ ਅਸੀਂ ਮੈਂ ਤਾਂ ਚਾਹੂੰਗਾ ਜੀ ਤੁਸੀਂ ਅੱਗੇ ਆਓ। ਗੱਲਾਂ ਬਾਤਾਂ ਜਿਹੜੀਆਂ ਨੇ ਖਾਣਾ ਬਣਾਉਣ ਵੇਲੇ ਜਿਹੜੀਆਂ ਹੁੰਦੀਆਂ ਨੇ ਉਹ ਤਾਂ ਹੁੰਦੀਆਂ ਨੇ ਪਰ ਜੋ ਮੈਂ ਓਬਜ਼ਰਵ ਕਰ ਰਹੀ ਹਾਂ ਇਸ ਟਾਈਮ ਉਹ ਇਹ ਕਿ ਮਾਸਟਰ ਸ਼ੈਫ ਪੰਜਾਬੀ ਮਾਣ ਪੰਜਾਬ ਦਾ ਜਦੋਂ ਵੀ ਰਿਐਲਿਟੀ ਸ਼ੋਅ ਦੇ ਵਿੱਚ ਪਹੁੰਚਦੇ ਹਾਂ ਤਾਂ ਸਭ ਤੋਂ ਵੱਧ ਇੰਟਰਸਟਿੰਗ ਜਿਹੜੀ ਚੀਜ਼ ਲੱਗਦੀ ਹੈ ਕਿ ਨਵੇਂ ਲੋਕ ਜਿਹੜੇ ਨੇ ਇੱਕ ਦੂਸਰੇ ਨੂੰ ਮਿਲਦੇ ਨੇ ਅਤੇ ਹਾਂ ਜੱਜਸ ਨੇ ਤਾਂ ਪੁੱਛਣਾ ਹੀ ਹੈ ਕਿ ਬਈ ਤੁਹਾਡੀ ਡਿਸ਼ ਦੇ ਵਿੱਚ ਕੀ ਖਾਸ ਹੈ ਬਟ ਜਿਹੜੇ ਸਾਡੇ ਕੋ ਕੰਟੈਸਟੈਂਟਸ ਨੇ ਉਹ ਵੀ ਬਹੁਤ ਜ਼ਿਆਦਾ ਦਿਲਚਸਪੀ ਰੱਖਦੇ ਨੇ ਕਿ ਕਿਹੜੀ ਡਿਸ਼ ਕਿਵੇਂ ਬਣੀ ਆ ਕਿੰਨੀ ਕੁ ਜ਼ਿਆਦਾ ਖੂਬਸੂਰਤੀ ਨਾਲ ਉਹ ਦਿਖਾਈ ਜਾ ਰਹੀ ਹੈ ਅਤੇ ਹਾਂ ਬਈ ਇਹਦੇ ਜ਼ਾਇਕੇ ਦੇ ਵਿੱਚ ਡਿਫਰੈਂਟ ਕੀ ਆ। ਫਿਲਹਾਲ ਜ਼ਾਇਕਾ ਡਿਫਰੈਂਟ ਹਰ ਤਰ੍ਹਾਂ ਦਾ ਹੋਏਗਾ ਜੀ ਕਿਉਂਕਿ ਇਹ ਹੈ ਮਾਸਟਰ ਸ਼ੈਫ ਪੰਜਾਬੀ ਮਾਣ ਪੰਜਾਬ ਦਾ ਆ ਕੁੱਕਰੀ ਰਿਐਲਿਟੀ ਸ਼ੋਅ। ਫਿਲਹਾਲ ਮੈਂ ਵਰਿੰਦਰ ਕੌਰ ਇਜਾਜ਼ਤ ਲੈ ਰਹੀ ਹਾਂ ਜੀ ਤੁਹਾਡੇ ਤੋਂ ਅੱਜ ਦੀ ਇਸ ਸਿਟੀ ਲੁਧਿਆਣਾ ਤੋਂ ਅਤੇ ਹਾਂ ਤੁਸੀਂ ਕਿਤੇ ਨਹੀਂ ਜਾਣਾ ਕਿਉਂਕਿ ਇਹੀ ਉਹ ਟਿਕਾਣਾ ਜਿੱਥੇ ਤੁਹਾਨੂੰ ਮਿਲੇਗਾ ਹੈਲਦੀ ਅਤੇ ਟੇਸਟੀ ਖਾਣਾ। ਸੋ ਕੀਪ ਵਾਚਿੰਗ
ਮਾਸਟਰ ਸ਼ੈਫ ਪੰਜਾਬੀ ਮਾਣ ਪੰਜਾਬ ਦਾ। ਅਤੇ ਤੁਸੀਂ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਜੀ ਸਾਡੀ ਵੈਬਸਾਈਟ www.ddpunjabi.in ਦੇ ਜ਼ਰੀਏ, ਜਾਂ ਫਿਰ ਲੌਗਇਨ ਕਰ ਸਕਦੇ ਹੋ, ਲਾਈਕ ਕਰ ਸਕਦੇ ਹੋ ਸਾਡਾ ਫੇਸਬੁੱਕ ਦਾ ਪੇਜ ਡੀਡੀ ਪੰਜਾਬੀ। ਜਲੰਧਰੋਂ ਗੁਜਰਾਤੀ ਜਾਂ ਪਾਰ ਸਮੁੰਦਰੋਂ ਆਏ ਸਭ ਕਿਸਮਤ ਅਜਮਾਵਣ ਲੈ ਕੇ ਸਵਾਦ ਨਵਾਬੀ। ਬੜਾ ਸਵਾਦ।